लखनऊ सुपर जायंट्स आईपीएल ਦੇ ਪਲੇਆਫ ਚ ਪਹੁੰਚ ਗਈ ਹੈ ਰੋਮਾਂਚਕ ਮੁਕਾਬਲੇ ਚ ਲਖਨਊ ਨੇ ਕੋਲਕਾਤਾ ਨੂੰ ਮਹਿਜ਼ ਦੋ ਦੌੜਾਂ ਨਾਲ ਹਰਾ ਦਿੱਤਾ ਇਸ ਜਿੱਤ ਦੇ ਨਾਲ ਲਖਨਊ ਦੇ 14 ਮੈਚਾਂ ਚ 18 ਪੁਆਇੰਟਸ ਹੋ ਗਏ ਅਤੇ ਉਹ ਪੁਆਇੰਟ ਟੇਬਲ ਚ ਨੰਬਰ 2 ਤੇ ਆ ਗਈ ਹੈ ਦੂਜੇ ਪਾਸੇ ਕੋਲਕਾਤਾ ਦੇ 14 ਮੈਚਾਂ ਚ 12 ਪੁਆਇੰਟਸ ਰਹੇ ਅਤੇ ਉਹ ਪਲੇਆਫ ਦੇ ਮੁਕਾਬਲਿਆਂ ਦੀ ਦੌੜ ਚੋਂ ਬਾਹਰ ਹੋ ਗਈ ਹੈ